ਅੱਜ ਤੋਂ ਕੁਝ ਕੁ ਦਿਨ ਪਹਿਲਾਂ ਸੁਖਮਨ ਗੁਰਦਾਸਪੁਰੀਏ ਦੀ ਇੱਕ ਟਰੈਕਟਰ ਨਾਲ ਸਟੰਟ ਕਰਦਿਆਂ ਹੋਇਆਂ ਮੌਤ ਹੋ ਜਾਂਦੀ ਆ, ਜਿਸ ਤੋਂ ਬਾਅਦ ਅਗਲੇ ਦਿਨ ਹੀ ਭਗਵੰਤ ਮਾਨ ਦਾ ਇੱਕ ਫੈਸਲਾ ਆਉਂਦਾ ਹੈਗਾ। ਭਗਵੰਤ ਮਾਨ ਕਹਿੰਦਾ ਕਿ ਇਹ ਜੋ ਟਰੈਕਟਰ ਨਾਲ ਸਟੰਟ ਕਰਦੇ ਨੇ ਇਹਨਾਂ ਦੇ ਉੱਪਰ ਬੈਨ ਲਾਇਆ ਜਾਊਗਾ ਅਤੇ ਇਹ ਟਰੈਕਟਰ ਸਟੰਟ ਹੁੰਦੇ ਨੇ ਜਿਹੜੇ ਕਿ ਇਹ ਨਹੀਂ ਹੋਣੇ ਚਾਹੀਦੇ। ਸੋ ਪਹਿਲਾਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਆਪਣੇ ਕਿ ਇਹ ਟਰੈਕਟਰ ਸਟੰਟ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ, ਕਿਉਂਕਿ ਬਹੁਤ ਸਾਰੇ ਲੋਕ ਇਸ ਫੈਸਲੇ ਨਾਲ ਸਹਿਮਤ ਸੀ ਅਤੇ ਬਹੁਤ ਸਾਰੇ ਲੋਕ ਕਹਿੰਦੇ ਪਏ ਸੀ ਕਿ ਜੋ ਮੁੰਡੇ ਚਿੱਟੇ ਨਾਲ ਮਰਦੇ ਪਏ ਨੇ ਜਾਂ ਕੋਈ ਹੋਰ ਸੜਕ ਹਾਦਸਿਆਂ ਦੇ ਵਿੱਚ ਮਰਦੇ ਪਏ ਨੇ ਉਹਨਾਂ ਦੇ ਉੱਪਰ ਕਿੰਨੀ ਕੁ ਰੋਕ ਲਾ ਲਈ, ਤੁਸੀਂ ਚਿੱਟੇ ਵਾਲਿਆਂ ਨੂੰ ਕਿੰਨਾ ਕੁ ਫੜ ਲਿਆ, ਇਹ ਟਰੈਕਟਰ ਨਾਲ ਪਹਿਲਾਂ ਹਾਦਸਾ ਹੋਇਆ ਇਹੋ ਜਿਹਾ, ਪਰ ਚਿੱਟੇ ਨਾਲ ਰੋਜ਼ ਦੀ ਰੋਜ਼ ਕਿੰਨੇ ਮੁੰਡੇ ਮਰਦੇ ਨੇ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ। ਉੱਥੇ ਹੀ ਕੱਲ੍ਹ ਸੁਖਮਨ ਦੇ ਦੋਸਤ ਅੱਤ ਜੱਟ ਸੋਹੀ ਅਤੇ ਜੱਗਾ ਬੌਸ ਦੋਨੋਂ ਲਾਈਵ ਹੋਏ ਤੇ ਲਾਈਵ ਹੋ ਕੇ ਉਹਨਾਂ ਨੇ ਸੁਖਮਨ ਬਾਰੇ ਕੁਝ ਕੁ ਗੱਲਾਂ ਬਾਤਾਂ ਕੀਤੀਆਂ ਨੇ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਖਮਨ ਨੂੰ ਤਾਮਿਲ ਫਿਲਮਾਂ ਦੇ ਵਿੱਚ ਵੀ ਕੰਮ ਮਿਲਿਆ ਟਰੈਕਟਰ ਸਟੰਟ ਕਰਨ ਦੇ ਨਾਲ ਹੀ। ਬਾਕੀ ਤੁਸੀਂ ਅੱਗੇ ਉਹ ਸਾਰਾ ਲਾਈਵ ਜ਼ਰੂਰ ਦੇਖਿਓ, ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ। ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਬਾਈ, ਚੜ੍ਹਦੀ ਕਲਾ, ਮਿਹਰ ਪਰਮਾਤਮਾ ਦੀ। ਰਾਜੇ ਸਟੈਂਡ ਲਾਉਣਾ? ਹਾਂਜੀ ਹਾਂਜੀ। ਹੋਰ ਕਿਵੇਂ ਭਾਜੀ? ਬਹੁਤ ਵਧੀਆ। ਤੇ ਮੈਂ ਵੀ ਜੱਗੇ ਵੀਰੇ ਉਹੀ ਗੱਲ ਕਰਦਾ ਸੀ, ਮੈਂ ਕਿਹਾ ਨਾ ਕੁਛ ਕੁ ਬੰਦੇ ਚੱਕ ਕੇ ਮੂੰਹ ਬੋਲੀ ਜਾਂਦੇ ਨੇ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਸੁਖਮਨ ਦੀ ਅਪਰੋਚ ਨਾ ਉਹ ਤਾਮਿਲ ਦੀਆਂ ਫਿਲਮਾਂ ਤੱਕ ਸੀ, ਤਾਮਿਲ ਦੇ ਫਿਲਮਾਂ ਵਾਲੇ ਸੁਖਮਨ ਨੂੰ ਸੱਦਦੇ ਸੀ, ਹਨਾ ਜੀ ਸਾਰਿਆਂ। ਮੈਂ ਕਿਹਾ ਵੀ ਭਰਾਵਾਂ ਨਾਲ ਸਾਰਾ ਜ਼ਿਕਰ ਕਰਾਂਗੇ, ਇੱਕ ਵੀਡੀਓ ਪਾਉਂਗਾ ਮੈਂ ਬਣਾ ਕੇ ਪਾਵਾਂਗੇ ਵੀ ਸਾਨੂੰ ਕੋਈ ਪੈਸੇ ਦੀ ਭੁੱਖ ਨਹੀਂ ਹੈਗੀ ਜੇ ਸਟੰਟ ਕਰਦੇ ਹੈਗੇ। ਤਾਮਿਲ ਫਿਲਮਾਂ ਤੱਕ ਨਾ ਹੀ, ਤਾਮਿਲ ਕੇਰਲਾ ਤੱਕ ਕਹਿ ਸਕਦੇ ਆਪਾਂ। ਤੇ ਜੇ ਇੱਥੇ ਲੋਕ ਕਹੀ ਜਾਂਦੇ ਏਦਾਂ ਉਦਾਂ ਏਦਾਂ ਵਰਲਡ ਚ ਨਾ ਹੋਣਾ ਨਿੱਕੀ ਜਿਹੀ ਗੱਲ ਨੀ ਆ। ਚਲੋ ਪਰਮਾਤਮਾ ਨੇ ਸਾਨੂੰ ਉਮਰ ਥੋੜੀ ਦਿੱਤੀ ਆ, ਨਹੀਂ ਤੇ ਉਹਦੇ ਵਾਂਗੂ ਕੀ ਕਹਿਣਾ ਤੁਹਾਨੂੰ, ਕਿੱਥੇ ਤੱਕ ਕੀ ਕਰਕੇ ਵਿਖਾਲ ਦਿਓ, ਦੱਸਣ ਦੀ ਲੋੜ ਨਹੀਂ। ਹਾਂ ਬੋਲਦਾ ਨਾ ਜਦੋਂ ਉਹਦੇ ਫਿਰ ਉਲਟ ਵੀ ਬੋਲਣ ਵਾਲੇ ਬਹੁਤ ਹੁੰਦੇ, ਤੇ ਉਹਨਾਂ ਚੀਜ਼ਾਂ ਦੀ ਪਰਵਾਹ ਨਾ ਕਰਨੀ ਚਾਹੀਦੀ ਤੇ ਨਾ ਸਾਨੂੰ ਹੈਗੀ ਆ, ਕਿਉਂਕਿ ਇੱਦਾਂ ਉੱਦਾਂ ਇੱਦਾਂ ਫੁਕਰਬਾਜ਼ੀ ਜੀ ਉਹ ਉਹਨਾਂ ਚੀਜ਼ਾਂ ਨਾਲ ਖਤਾ ਫਰਕ ਨਹੀਂ ਪੈਂਦਾ। ਬਾਕੀ ਤੁਹਾਨੂੰ ਪਤਾ ਹੀ ਆ ਵੀ